खबर है हुशियारपुर के हलका दसूवा अधीन पेंदे पिंड हरदो नेकनामा तो है, जिथे नाजायज़ संबंधा के शक च एक व्यक्ति वालों अपने कुछ साथियों मिलकर पिंड हरदो नेकनामा के रहने वाले कुलवीर सिंह उर्फ सोडी का तेजधार हथियारों कतल कर दिया गया। घटना की सूचना मिलते ही पुलिस अधिकारी भी मौके पर पहुँच के मृतक के भरा हरदीप सिंह के बयान से मामला दर्ज करके अगलेरी कार्रवाई आरंभ दी है। जानकारी देंदे हां मृतक कुलवीर सिंह के भरा हरदीप सिंह ने दसिया कि उसके भरा के घर च एक औरत काम करती है तो उसके बच्चों की देखभाल करती है, जिसते चलद उक्त औरत का पति कुलविंदर सिंह अपनी पत्नी पर शक करता सी। इस कारण ही कुलविंदर सिंह वालों बीती रात अपने कुछ तेजधार हथियारों लैस साथियों मिलकर उसके भरा का कतल कर दिया गया है। इस संबंधी जानकारी देंदे हां थाना दसूवा के एस एच ओ करनैल सिंह ने दसिया कि पुलिस वालों मृतक कुलवीर सिंह के भरा हरदीप सिंह के बयान से मामला दर्ज करके अगली कार्रवाई शुरू कर दी गई है। We are a multicultural network community. We groom competent global citizens to effect positive change around them. ਨਹੀਂ ਸਰ ਰੰਜਿਸ਼ ਸੀਗੀ ਕਿ ਪਹਿਲਾਂ ਇੱਕ ਚਾਰ ਪੰਜ ਦਿਨ ਹੋਏ ਪਹਿਲਾਂ ਵੀ ਘਰ ਆ ਕੇ ਮੁੰਡੇ ਪਏ ਮੋਟਰਸਾਈਕਲਾਂ ਦਫ਼ਤਰ ਹਥਿਆਰ ਫੜੇ ਸੀਗੇ। ਅਸੀਂ ਵੀ ਉੱਥੇ ਸੀਗੇ, ਚਲ ਬਚਾਅ ਹੋ ਗਿਆ, ਇੱਕ ਗੱਡੀ ਘਰ ਵੜ ਕੇ ਬਚਾਅ ਹੋ ਗਿਆ। ਉਸ ਤੋਂ ਬਾਅਦ ਇਹਨੇ ਥਾਣੇ ਦਰਖਾਸਤ ਵੀ ਦਿੱਤੀ, ਜਿਹੜੇ ਜਿਹੜੇ ਬੰਦੇ ਸੀਗੇ ਸਾਨੂੰ ਤਾਂ ਪਤਾ ਨਹੀਂ ਕਿਹੜੇ ਬੰਦੇ ਸੀਗੇ। ਅਤੇ ਇੱਕ ਜਨਾਨੀ ਹੈ ਘਰ ਆਈ ਹੈ ਅਤੇ ਕੋਈ ਬੰਦਾ ਸੀਗਾ, ਉਹਦੀ ਜਨਾਨੀ ਹੈ ਘਰ ਆਈ ਹੈ, ਉਹ ਉਹਦੇ ਘਰ ਵਾਲਾ ਹੈ। ਉਹ ਹੁਣ ਕੱਲ੍ਹ ਗੱਡੀ ਲੈ ਕੇ ਗਏ ਤਾਂ ਇਹ ਰਸਤੇ 'ਚ ਉਹਨਾਂ ਨੇ ਇਕੱਠੇ ਹੋ ਕੇ ਰੱਖੇ। ਕੀ ਮੰਗ ਕਰਦੇ ਹੋ? ਮੰਗ ਸਰ ਜੋ ਵੀ ਸਜ਼ਾ ਬਣਦੀ ਹੈ, ਜਿਹੜੇ ਬੰਦੇ ਜਿਨ੍ਹਾਂ ਬੰਦਿਆਂ ਨੇ ਕੰਮ ਕੀਤਾ ਉਹਨਾਂ ਬੰਦਿਆਂ ਬਣਦੀ ਸਜ਼ਾ ਮਿਲਣੀ ਚਾਹੀਦੀ। ਕੱਲ੍ਹ ਸਾਨੂੰ ਸ਼ਾਮ ਨੂੰ ਸਿਵਲ ਹਸਪਤਾਲ ਦਸੂਹਾ ਤੋਂ ਇੱਕ ਮੈਸੇਜ ਆਇਆ ਸੀ ਕਿ ਕੁਲਵੀਰ ਸਿੰਘ ਲਈ ਸੋਢੀ ਵਾਸੀ ਨੇਕਨਾਮਾ ਜਿਹੜੇ ਆ ਉਹ ਬਰੋਡ ਡੈਡ ਹੋਸਪਿਟਲ 'ਚ ਆਇਆ, ਜਿਸ 'ਤੇ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ 'ਤੇ ਗਿਆ ਅਤੇ ਜਿੱਥੇ ਜੋ ਹਾਲਾਤ ਦੇਖੇ ਅਤੇ ਉੱਥੇ ਉਹਦਾ ਮਰਨ ਵਾਲਾ ਕੁਲਵੀਰ ਸਿੰਘ ਦਾ ਬ੍ਰਦਰ ਹਰਦੀਪ ਸਿੰਘ ਸਾਨੂੰ ਪਿਆਰਾ ਸਿੰਘ ਵਾਸੀ ਨੇਕਨਾਮਾ ਮਿਲਿਆ, ਜਿਹਨੇ ਦੱਸਿਆ ਕਿ ਇਹ ਜਿਹੜਾ ਕੁਲਵਿੰਦਰ ਸਿੰਘ ਹੈਗਾ ਇਹਦੇ ਪਾਸ ਕੁਲਵੀਰ ਸਿੰਘ ਪਾਸ ਜਿਹੜੀ ਕੁਲਵਿੰਦਰ ਸਿੰਘ ਵਾਸੀ ਤਿਆੜਾ ਦੀ ਪਤਨੀ ਜਿਹੜੀ ਆ ਉਹ ਰਹਿੰਦੀ ਸੀ ਅਤੇ ਬੱਚਿਆਂ ਦੀ ਦੇਖਭਾਲ ਲਈ ਉਹਦੇ ਕੋਲ ਕੰਮ ਵਗੈਰਾ ਕਰਦੀ ਸੀ। ਬਟ ਜਿਹੜਾ ਕੁਲਵਿੰਦਰ ਸਿੰਘ ਹੈਗਾ ਤਿਆੜੇ ਵਾਲਾ ਉਹ ਥੋੜ੍ਹਾ ਜਿਹਾ ਇਹ 'ਤੇ ਸ਼ੱਕ ਕਰਦਾ ਸੀ ਆਪਣੇ ਕੁਲਵੀਰ ਸਿੰਘ ਅਤੇ ਆਪਣੀ ਪਤਨੀ ਦੇ ਵੀ ਇਹਨਾਂ ਦੇ ਕੋਈ ਗਲਤ ਸੰਬੰਧ ਨੇ, ਜਿਸ ਕਰਕੇ ਉਹ ਇਹਨਾਂ ਦੇ ਮਨ ਦੇ ਵਿੱਚ ਰੰਜਿਸ਼ ਰੱਖਦਾ ਸੀਗਾ ਅਤੇ ਪਹਿਲਾਂ ਵੀ ਇਹਨਾਂ ਦੀ ਥੋੜ੍ਹੀ ਬਹੁਤੀ ਇਹਨਾਂ ਦੀ ਖਿੱਚੋਤਾਣ ਚੱਲਦੀ ਰਹੀ ਸੀ ਅਤੇ ਜਿਸ ਦੇ ਤਹਿਤ ਹੀ ਕੱਲ੍ਹ ਜਿਹੜਾ ਹੈਗਾ ਸ਼ਾਮ ਨੂੰ ਜਦੋਂ ਕੁਲਵੀਰ ਸਿੰਘ ਉੱਧਰ ਗਿਆ ਅਤੇ ਇਹਨਾਂ ਨੇ ਰਸਤੇ ਵਿੱਚ ਉਹਦੀ ਗੱਡੀ ਰੋਕ ਕੇ ਤਿਆੜਾ ਠੇਕੇ ਦੇ ਕੋਲ ਅਤੇ ਉਹਦੇ ਉੱਤੇ ਅਟੈਕ ਕੀਤਾ ਅਤੇ ਤੇਜ਼ ਧਾਰ ਹਥਿਆਰਾਂ ਨਾਲ ਉਹਦੇ ਉੱਤੇ ਜਿਹੜੇ ਸੱਟਾਂ ਮਾਰੀਆਂ ਜਿਹਦੇ ਨਾਲ ਉਹਦੀ ਜਿਹੜੀ ਮੌਤ ਹੋ ਗਈ। ਮਾਮਲਾ ਜਿਹੜਾ ਇਹਦੇ ਬਿਆਨ ਦੇ ਆਧਾਰ ਦੇ ਉੱਪਰ 302 148 149 427 ਦਰਜ ਕੀਤਾ ਗਿਆ। ਇਹ 22 ਨੇਮ ਤਾਂ ਇੱਕੋ ਲਿਖਾਇਆ ਜੀ, ਬਾਕੀ ਇਹਨਾਂ ਦੇ 5-6 ਸਾਥੀ ਹੋਰ ਆ ਅਤੇ ਜੋ ਆਪਾਂ ਜਲਦ ਤੋਂ ਜਲਦ ਟਰੇਸ ਕਰਕੇ ਸਾਰੇ ਗ੍ਰਿਫਤਾਰ ਕਰਾਂਗੇ।